ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਹਜ਼ਾਰ ਰੁਪਏ ਕੇ ਕਾਰਨ ਮੇਰੇ ਬੱਚੇ ਕੋ ਜਾਨ ਲੈ ਲਿਆ, ਉਹਨਾਂ ਡਾਕਟਰ ਨੇ ਬੋਲ ਰਹੇ ਕਿ ਪਲੇਟਲੇਟ ਹੋਣ ਕੇ ਕਾਰਨ ਜੋ ਤੋ ਹੁਆ ਹੈ ਕੋਰੋਨਾ ਵਾਇਰਸ ਹੋ ਗਿਆ। ਪਹਿਲੇ ਕੋਈ ਹਮਕੋ ਕੁਛ ਨਹੀਂ ਹੈ, ਕੋਈ ਰਿਪੋਰਟ ਵੀ ਹਮਕੋ ਨਹੀਂ ਨਿਕਲਾ ਕੋਰੋਨਾ ਵਾਇਰਸ ਕਾ। ਹਜ਼ਾਰ ਰੁਪਇਆ ਕੇ ਕਾਰਨ ਮੇਰੇ ਬੱਚੇ ਕੋ ਜਾਨ ਲੈ ਲਿਆ, ਉਹਨਾਂ ਡਾਕਟਰ ਨੇ ਬੋਲ ਰਹੇ ਕਿ ਪਲੇਟਲੇਟ ਹੋਣ ਕੇ ਕਾਰਨ ਜੋ ਤੋ ਹੁਆ ਹੈ ਕੋਰੋਨਾ ਵਾਇਰਸ ਹੋ ਗਿਆ। ਪਹਿਲੇ ਕੋਈ ਹਮਕੋ ਕੁਛ ਨਹੀਂ ਹੈ, ਕੋਈ ਰਿਪੋਰਟ ਵੀ ਹਮਕੋ ਨਹੀਂ ਨਿਕਲਾ ਕੋਰੋਨਾ ਵਾਇਰਸ ਕਾ। ਰਿਪੋਰਟ ਮੇ ਕਿਆ ਆਇਆ ਥਾ? ਨਾਰਮਲ ਹੈ ਔਰ ਸ਼ਰਾਬ ਪੀਏ ਹੋਏ ਥੇ ਰਾਤ ਕੋ ਮੇਰੇ ਕੋ, ਉਹਨਾਂ ਨੇ ਸ਼ਰਾਬ ਪੀਏ ਹੋਏ ਥੇ ਰਾਤ ਮੇ। ਕਿਹਨਾਂ ਨੇ ਸ਼ਰਾਬ ਪੀ ਦੀ? ਡਾਕਟਰ ਮੈਨ ਡਾਕਟਰ ਸਾਹਿਬ ਨੇ। ਕਿਆ ਨਾਮ ਹੈ ਉਨਕਾ? ਅਸ਼ੋਕ ਗੁਪਤਾ। ਕਿਆ ਨਾਮ ਹੈ ਆਪਕਾ? ਕਿਆ ਬਾਤ ਹੋਈ ਥੀ ਸਾਰੀ? ਕਬ ਲੈ ਕਰ ਆਏ ਥੇ ਬੱਚੇ ਕੋ? ਐਤਵਾਰ ਨੂੰ ਐਡਮਿਟ ਕਰਾਇਆ ਸੀ, ਕਿ ਕਹਿੰਦੇ ਜੋ ਜੀ ਨਾ ਉਲਟੀ ਬੰਦ ਨਹੀਂ ਹੋਈ ਤਾਂ ਵੀ ਉਹ ਦੇ ਗਏ, ਫਿਰ ਉਸ ਤੋਂ ਬਾਅਦ ਉਲਟੀ ਬੰਦ ਹੋ ਗਈ ਨਾ, ਫਿਰ ਕੀ ਕਹਿੰਦੇ ਆ ਉਹ ਉਲਟੀ ਬੰਦ ਤੱਕ ਉਹ ਦਵਾਈ ਦਿੰਦੇ ਗਏ, ਦਵਾਈ ਦਿੰਦੇ ਗਏ ਨਾ, ਫਿਰ ਕੀ ਕਹਿੰਦੇ ਆ ਕੱਲ੍ਹ ਨੂੰ ਆਏ ਉਹ ਕਹਿੰਦੇ ਕਿ ਇਹਨਾਂ ਨਾਲ ਕੀ ਹੋ ਰਿਹਾ ਵਾ। ਮੈਂ ਕਿਹਾ ਨਾ ਚਲਦਾ ਨਾ ਤਾਂ ਸ਼ਰਾਬੀਆਂ ਵਾਂਗ ਚਲਦਾ ਵਾ ਅਤੇ ਤੁਰ ਨਹੀਂ ਪਾਉਂਦਾ ਸਹੀ ਤਰ੍ਹਾਂ, ਅਤੇ ਕਹਿੰਦਾ ਕਿ ਇਹਨੂੰ ਖੜਾ ਹੋ ਕੇ ਨਾ ਚੈੱਕ ਕਰਾ ਮੈਨੂੰ ਕਿ ਪੁੱਛ ਕੇ ਉੱਪਰ ਘੁੰਮਦਾ ਤਾਂ ਨਹੀਂ ਨਾ ਹੈਗਾ, ਠੀਕ ਹੈ ਨਾ, ਕਹਿੰਦਾ ਉੱਪਰ ਘੁੰਮਦਾ ਤਾਂ ਨਹੀਂ ਨਾ ਹੈਗਾ, ਦੇਖ ਉਹ ਕਹਿੰਦਾ ਆਹੋ ਘੁੰਮਦਾ ਪਿਆ ਵਾ। ਫਿਰ ਉਸ ਤੋਂ ਬਾਅਦ ਨਾ ਉਹਨੇ ਇੱਕ ਮੈਡੀਸਨ ਲੈ ਕੇ ਦਿੱਤੀ, ਉਹ ਮੈਡੀਸਨ ਖਾਣ ਤੋਂ ਬਾਅਦ ਨਾ ਉਹ ਇੱਦਾਂ ਹੱਥ ਕਰਨ ਲੱਗ ਗਿਆ, ਉਹਨਾਂ ਪੁੱਛਿਆ ਇੰਜੈਕਸ਼ਨ ਵੀ ਲਾਇਆ ਸੀ ਉਹਨੇ, ਅਤੇ ਮੈਂ ਉਹਨੂੰ ਪੁੱਛਿਆ ਕਿ ਕੀ ਹੋ ਰਿਹਾ, ਆਪਣੇ ਭਰਾ ਨੂੰ ਮੈਂ ਪੁੱਛਿਆ ਕੀ ਹੋ ਰਿਹਾ, ਅਤੇ ਉਹਨੂੰ ਨਰਸ ਨੂੰ ਮੈਂ ਬੁਲਾਇਆ ਕਿ ਕੀ ਕਹਿੰਦੇ ਆ ਦੇਖੋ ਕੀ ਹੋ ਰਿਹਾ, ਕਹਿੰਦਾ ਕੁਛ ਨਹੀਂ ਹੋ ਰਿਹਾ ਤੁਸੀਂ ਘਬਰਾ ਕਿਉਂ ਰਹੇ ਹੋ। ਮੇਰੀ ਮੰਮੀ ਵੀ ਗਏ ਸੀ ਰੋਂਦੇ ਪਏ ਸੀ, ਉਹਨਾਂ ਹੱਥ ਪਕੜ ਕੇ ਕਹਿੰਦੇ ਬਾਹਰ ਚਲੋ ਤੁਸੀਂ ਐਵੇਂ ਕਿਉਂ ਘਬਰਾ ਰਹੇ ਹੋ, ਵਾਇਰਸ ਹੋ ਗਿਆ। ਕਿੱਥੇ ਰਹਿੰਦੇ ਸੀ? ਅੱਜ ਤੋਂ ਪਿਛਲੇ ਰਾਜਪਤ ਨਗਰ ਆਸ਼ੀਰਵਾਦ। ਕਿਹੜੇ ਹਸਪੀਟਲ ਹੋ ਗਿਆ ਸਾਰਾ? ਕੀ ਹਸਪੀਟਲ ਦਾ ਨਾਮ ਕੀ ਆ? ਦੁਆਬਾ ਹਸਪੀਟਲ। ਉਹਨਾਂ ਦੇ ਬੱਚੇ 1 ਤਰੀਕ ਨੂੰ ਬੱਚਾ ਆਇਆ ਤਕਰੀਬਨ 12-12 ਵਾਰਾਂ ਪੇਟ ਦਰਦ ਨਾਲ ਉਲਟੀਆਂ ਨਾਲ, ਠੀਕ ਹੈ ਜੀ। ਬੱਚਾ ਉਸ ਤਰ੍ਹਾਂ ਅਦਰਵਾਈਜ਼ ਜਨਰਲ ਕੰਡੀਸ਼ਨ ਸਟੇਬਲ ਸੀ ਬੱਚੇ ਦੀ, ਠੀਕ ਹੈ। ਹੁਣ ਰੂਟੀਨ ਇਨਵੈਸਟੀਗੇਸ਼ਨਸ ਕੀਤੀਆਂ ਅਤੇ ਉਹਦੇ ਵਿੱਚ ਲਿਵਰ ਨੋਰਮਲ ਆਇਆ, ਪਲੇਟਲੈਟ ਘੱਟ ਆਏ 1,07,000, ਜਦਕਿ ਡੈਂਗੂ ਵਗੈਰਾ ਚਿਕਨਗੁਨੀਆ ਨੈਗੇਟਿਵ ਸੀਗਾ, ਠੀਕ ਹੈ। ਸੋ ਕੰਸਿਡਰਿੰਗ ਕਿ ਵਾਇਰਲ ਇਨਫੈਕਸ਼ਨ ਹੁੰਦੀ ਆ, ਵਾਇਰਲ ਦੇ ਹਿਸਾਬ ਨਾਲ ਟ੍ਰੀਟਮੈਂਟ ਦੀ ਟ੍ਰੀਟ ਵਗੈਰਾ ਸ਼ੁਰੂ ਕੀਤੀ ਹੈ। 2 ਤਰੀਕ ਨੂੰ ਕਾਫੀ ਸਟੇਬਲ ਰਿਹਾ, ਕੱਲ੍ਹ ਸਡਨਲੀ ਫਿਰ ਉਹਨੇ ਪੇਟ ਦਰਦ ਮਹਿਸੂਸ ਕੀਤਾ ਅਤੇ ਥੋੜ੍ਹੇ ਜਿਹੇ ਉਹਨੇ ਸਪੋਟ ਦੇਖੇ ਗਏ ਜ਼ੁਬਾਨ 'ਤੇ ਅਤੇ ਲਿਪਸ 'ਤੇ, ਜਿਹਨੂੰ ਕਹਿੰਦੇ ਅਸੀਂ ਪਟੀਕਿਅਲ ਸਟੋਪ, ਮਤਲਬ ਬਰੀਕ ਬਰੀਕ ਰੈੱਡ ਕਲਰ ਦੇ ਸਪੋਟ, ਉਹ ਇੰਡੀਕੇਟ ਕਰ ਦਿੰਦੇ ਕਿ ਬਲੀਡਿੰਗ ਦਾ। ਇਸ ਲਈ ਰਿਪੀਟ ਕੀਤੇ ਕਿ ਪਲੇਟਲੈਟ ਉਸ ਲਈ ਦੁਬਾਰਾ, ਉਹਦੇ ਵਿੱਚ ਪਲੇਟਲੈਟ ਸੈੱਲ ਆਏ ਸਿਰਫ 13,000, ਠੀਕ ਹੈ। ਉਸ ਵੇਲੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਐਡਵਾਈਸ ਕੀਤਾ ਗਿਆ ਕਿਉਂਕਿ ਸੈੱਲ ਇੰਨੇ ਘੱਟ ਹੋ ਗਏ ਆ, ਇਮੀਡੀਏਟਲੀ ਇਹਨੂੰ SDP ਜਿਹਨੂੰ ਕਹਿੰਦੇ ਪਲੇਟਲੈਟ ਚਾੜਨੇ ਪੈਣੇ ਆ, ਅਤੇ ਉਹ ਜਿਸ ਤਰ੍ਹਾਂ ਹੁੰਦਾ ਅਕਸਰ ਅਰੇਂਜ ਕਰਦੇ ਉਹਨਾਂ ਨੇ ਘਰਦਿਆਂ ਨੂੰ ਬੁਲਾਇਆ ਅਤੇ ਤਕਰੀਬਨ ਸਾਡੇ ਕੋਲ ਪਲੇਟਲੈਟ 5:30 ਵਜੇ ਲੈ ਆਏ, 6 ਵਜੇ ਪਲੇਟਲੈਟ ਲੈ ਕੇ ਆਏ। ਉਸ ਵੇਲੇ 6 ਵਜੇ ਅਸੀਂ ਪਲੇਟਲੈਟ ਚਾੜਤੇ ਬੱਚੇ ਨੇ, ਉਸ ਦੌਰਾਨ ਹੀ ਜਦੋਂ ਸਾਰਾ ਕੁਛ ਹੋਇਆ 3 ਵਜੇ ਦੇ ਕਰੀਬ ਬੱਚੇ ਨੂੰ ਦੌਰੇ ਪੈਣੇ ਸ਼ੁਰੂ ਹੋਏ। ਉਸ ਵੇਲੇ ਇਮੀਡੀਏਟਲੀ ਬੱਚੇ ਨੂੰ ICU ਸ਼ਿਫਟ ਕੀਤਾ, ਮੋਨੀਟਰਿੰਗ ਸ਼ੁਰੂ ਕੀਤੀ, ਸਾਰਾ ਕੁਛ ਕੀਤਾ, ਦਾਰੇ ਲਈ ਦਵਾਈ ਸ਼ੁਰੂ ਕੀਤੀ ਗਈ। ਉਹ ਦੌਰੇ ਜਿਹੜੇ ਸੀ ਇਹਦੇ 1-1.5 ਘੰਟਾ ਦੁਬਾਰਾ ਰੁਕ ਗਏ, ਫਿਰ ਦੁਬਾਰਾ ਪੈਂਦੇ ਰਹੇ। ਤਕਰੀਬਨ 6 ਵਜੇ ਬੱਚੇ ਦੀ ਕੰਡੀਸ਼ਨ ਹੋਰ ਡਾਊਨ ਗਈ ਅਤੇ ਉਹਦੀ ਆਕਸੀਜਨ ਘਟਣੀ ਸ਼ੁਰੂ ਹੋਈ। ਦੱਸੋ ਕੀ ਗੱਲ ਹੋਈ ਦੁਆਬਾ ਹਸਪਤਾਲ ਸਾਰੀ? ਸਰ ਇਹਨਾਂ ਨੇ ਬੇਟੇ ਨੂੰ ਕੁਛ ਵੀ ਨਹੀਂ ਸੀ ਹੋਇਆ, ਜਸਟ ਪੋਟੀਜ਼ ਔਰ ਵੋਮਿਟਿੰਗ ਸੀਗੀਆਂ, ਔਰ ਜੇ ਵੋਮਿਟਿੰਗ ਸੀ ਸਿਰਫ ਹਲਕਾ ਜਿਹਾ ਬੁਖਾਰ ਸੀ, ਔਰ ਮਤਲਬ ਕਿ ਇਹਨੂੰ ਜਦੋਂ ਇੱਥੇ ਕਰਵਾਇਆ ਐਡਮਿਟ, ਉਹ ਤੋਂ ਨੈਕਸਟ ਡੇ ਬਿਲਕੁਲ ਠੀਕ ਹੋ ਗਿਆ। ਡਾਕਟਰ ਨੇ ਸ਼ਰਾਬ ਪੀ ਕੇ ਕੋਈ ਗਲਤ ਇੰਜੈਕਸ਼ਨ ਲਗਵਾ ਦਿੱਤਾ ਜਿਹਦੇ ਕਰਕੇ ਉਸੇ ਟਾਈਮ ਉਹਦੀ ਹਾਲਤ ਵਿਗੜ ਗਈ, ਔਰ ਕੁਛ ਹੀ ਮਿੰਟਾਂ ਦੇ ਵਿੱਚ ਉਹਦੀ ਹੀ ਜਾਂਦੀ। ਉਸ ਤੋਂ ਬਾਅਦ ਉਹ ਕਹਿ ਰਹੇ ਆ, ਕਦੀ ਉਹ ਕਹਿ ਰਹੇ ਬ੍ਰੇਨ ਹੈਮਰੇਜ, ਕਦੀ ਉਹ ਕਹਿ ਰਹੇ ਨੇ ਕੋਰੋਨਾ ਵਾਇਰਸ ਦੇ ਨਾਲ, ਉਹ ਸਾਨੂੰ ਰਿਪੋਰਟ ਦੇ ਨਹੀਂ ਰਹੇ ਹੈਗੇ, ਡੈਡ ਬੋਡੀ ਉਹਨਾਂ ਨੇ ਸਾਨੂੰ ਬਗੈਰ ਪੁੱਛੇ
ਨਹੀਂ ਪਤਾ ਬਟ ਫਿਰ ਕਿਸੇ ਕੋਲੋਂ ਟੇਸਟ ਕਰਵਾ ਦਿੱਤੀ ਹੈਗੀ ਆ, ਰਖਵਾ ਦਿੱਤੀ ਹੈ ਉਹਦੇ ਵਿੱਚ ਫ੍ਰੀਜ਼ਰ ਦੇ ਵਿੱਚ। ਡਾਕਟਰ ਡੇਲੀ ਰੂਟੀਨ ਚ ਡਰਿੰਕ ਕਰਕੇ ਆਉਂਦੇ ਨੇ ਇਲਾਜ ਕਰਨ ਬੱਚਿਆਂ ਦਾ? ਸਾਨੂੰ ਡੇਲੀ ਦਾ ਨਹੀਂ ਪਤਾ, ਸਾਨੂੰ ਤਾਂ ਇੰਨਾ ਪਤਾ ਕਿ ਕੱਲ ਜਦੋਂ ਉਹ ਆਏ ਆ ਉਹਨਾਂ ਨੇ ਡਰਿੰਕ ਕੀਤੀ ਹੋਈ ਸੀ, ਡਰਿੰਕ ਕਰਕੇ ਉਹਨਾਂ ਨੇ ਮਤਲਬ ਲਿਖ ਕੇ ਦਿੱਤਾ ਇੰਜੈਕਸ਼ਨ। ਗਲਤ ਬਹੁਤ ਰੂਡਲੀ ਉਹਨਾਂ ਦੇ ਸਟਾਫ ਦਾ ਬਿਹੇਵੀਅਰ ਸੀਗਾ ਸਰ, ਉਹਨਾਂ ਨੇ 1,000 ਰੁਪਈਏ ਵਿੱਚ ਬਲੱਡ ਨਹੀਂ ਦਿੱਤਾ, ਉਹ ਕਹਿੰਦੇ 10,000 ਜਮ੍ਹਾਂ ਕਰਾਇਆ ਕਿ 11 ਕਰਾਉਂਗੇ ਤਾਂ ਤੁਹਾਨੂੰ ਉੱਪਰੋਂ ਤੁਹਾਡਾ ਕੋਈ ਟ੍ਰੀਟਮੈਂਟ ਸ਼ੁਰੂ ਹੋ। ਡੋਨੇਟ ਵੱਜੀ ਨੇ ਕੀਤਾ ਉਹ ਦੇ ਕੇ ਉੱਪਰ ਚੱਲ। ਕਿਸ ਵਜ੍ਹਾ ਕਰਕੇ ਬੱਚੇ ਦੀ ਡੈਥ ਹੋਈ ਤੁਹਾਨੂੰ ਕੀ ਲੱਗਦਾ? ਸਰ ਸਾਨੂੰ ਤਾਂ ਇਹੀ ਲੱਗ ਰਿਹਾ ਕਿ ਉਹਨਾਂ ਨੇ ਡਰਿੰਕ ਕਰਕੇ ਵਗੈਰਾ ਕੀਤੇ ਨੇ, ਉਹ ਪਲੱਸ ਉਹਨਾਂ ਦਾ ਸਟਾਫ ਜਿਹੜਾ ਹੈਗਾ ਉਹਨਾਂ ਨੇ ਉਹ ਬਹੁਤ ਜ਼ਿਆਦਾ ਕੇਅਰਲੈਸ ਰਹੇ ਨੇ, ਉਹਦੇ ਕਰਕੇ ਕੀ ਸਾਡੇ ਬੱਚੇ ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੁੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, ਪੀਆਰ ਵਿੱਚ ਰੁਕਾਵਟ, ਲਵ ਮੈਰਿਜ ਪਿਆਰ ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1,125 ਰੁਪਏ ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81 400 66 77 009।